ਮੇਨ ਸਾਡਾ ਮਕਸਦ ਸੰਦੀਪ ਥਾਪੜ ਦੇ ਹਮਲਾਵਰ ਨੂੰ ਸਜ਼ਾ ਦਿਲਾਉਣਾ। ਉਹੀ ਸਾਡੇ ਸਾਰੇ ਲੁਧਿਆਣਾ ਸ਼ਹਿਰ ਦੇ ਕੀ ਪੰਜਾਬ ਦੇ ਸਮਸਤ ਹਿੰਦੂ ਸਮਾਜ ਦਾ ਇੱਕੋ ਇੱਕ ਮਕਸਦ ਹੈ। ਜਿਹੜੇ ਹਮਲਾਵਰ ਨੇ ਵਾਰ ਕੀਤਾ, ਸੰਦੀਪ ਥਾਪੜ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਜੇਲ੍ਹਾਂ ਦੀ ਸਲਾਖਾਂ ਤੱਕ ਪਹੁੰਚਾਉਣਾ, ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਉਣਾ। ਇੱਕ ਦੂਜੀ ਗੱਲ ਸਾਡੀ ਸੀਗੀ ਵੀ ਮੁੱਖ ਜਿਹੜੀ ਸ਼ਿਕਾਇਤ ਹੈ ਸੰਦੀਪ ਥਾਪੜ ਵੱਲੋਂ ਪਰਚਾ ਦਰਜ ਕੀਤਾ ਗਿਆ ਹੋਵੇ। ਦੂਜੀ ਗੱਲ, ਜਿਹੜੇ ਲੋਕ ਸੋਸ਼ਲ ਮੀਡੀਆ 'ਤੇ ਜ਼ਿੰਮੇਦਾਰੀਆਂ ਚੱਕ ਰਹੇ ਨੇ, ਅਸੀਂ ਕਰਾਤਾ, ਫਤਿਹ ਕਰਾਤਾ, ਜੱਗ ਉਹ ਆਈ ਹੈ, ਉਹਨਾਂ ਲੋਕਾਂ ਦੇ ਉੱਤੇ ਵੀ ਕਾਰਵਾਈ ਕਰਨ ਦੀ ਅਸੀਂ ਲਿਖਿਤ ਐਪਲੀਕੇਸ਼ਨ CP ਸਾਹਿਬ ਨੂੰ ਦੇ ਕੇ ਆਏ ਹਾਂ ਵੀ ਉਹਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਕਿਉਂਕਿ ਜੋ ਕੁਛ ਹੋਇਆ ਹਿੰਦੂ ਸਮਾਜ ਨੂੰ ਨੀਚਾ ਦਿਖਾਉਣ ਲਈ ਹੋਇਆ ਵੀ ਹਿੰਦੂਆਂ ਨੂੰ ਅਸੀਂ ਨੀਚੇ ਰਖਾਈਏ। ਇੱਕ ਪਾਸੇ ਸਾਨੂੰ ਕੁੱਟਿਆ ਵੀ ਜਾਵੇ ਵੀ ਅਸੀਂ ਹਿੰਦੂਆਂ ਨੂੰ ਮਾਰੀਏ ਵੀ, ਅਸੀਂ ਉਹਨਾਂ ਦਾ ਕਤਲ ਵੀ ਕਰ ਦਈਏ, ਪਰ ਹਿੰਦੂ ਸਮਾਜ ਸਾਡੇ ਅੱਗੇ ਬੋਲੇ ਵੀ ਨਾ, ਵੀ ਚੁੱਪ ਵੀ ਰਹੇ। ਇੱਕ ਪਾਸੇ ਕੁੱਟ ਵੀ ਖਾਈਏ, ਇੱਕ ਪਾਸੇ ਚੁੱਪ ਵੀ ਰਹੀਏ। ਐਸਾ ਕਰਨ ਦਾ ਪ੍ਰਯਾਸ ਕੀਤਾ ਗਿਆ, ਸਾਨੂੰ ਗੁਲਾਮ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਹਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਬਿਲਕੁਲ ਜਲਦੀ ਹੀ ਪੰਜਾਬ ਦੇ ਵਿੱਚ ਹਿੰਦੂ ਸੰਗਠਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ, ਉਸ ਤੋਂ ਬਾਅਦ ਹਿੰਦੂ ਸ਼ਕਤੀ ਮਾਰਚ ਕੱਢਿਆ ਜਾਏਗਾ ਲੁਧਿਆਣੇ ਵਿੱਚ। ਜਿਹੜੇ ਲੋਕ ਸੋਚਦੇ ਨੇ ਅਸੀਂ ਹਿੰਦੂਆਂ ਨੂੰ ਦੱਬ ਲਾਂਗੇ ਪੰਜਾਬ, ਜਿਹੜੇ ਲੋਕ ਸੋਚਦੇ ਨੇ ਅਸੀਂ ਗੋਲੀਆਂ ਮਾਰ ਕੇ ਹਿੰਦੂਆਂ ਨੂੰ ਡਰਾ ਲਾਂਗੇ, ਜਿਹੜੇ ਲੋਕ ਸੋਚਦੇ ਨੇ ਅਸੀਂ ਕਤਲੇਆਮ ਕਰਕੇ ਕਿਰਪਾਨਾਂ ਮਾਰ ਕੇ ਹਿੰਦੂਆਂ ਨੂੰ ਡਰਾ ਲਾਂਗੇ, ਉਹਨਾਂ ਨੂੰ ਜਵਾਬ ਦੇਣ ਲਈ ਹਿੰਦੂ ਸ਼ਕਤੀ ਮਾਰਚ ਕੱਢਿਆ ਜਾਏਗਾ। ਉਹ ਲੋਕ ਕਹਿ ਰਹੇ ਨੇ ਪ੍ਰਯਾਸ ਚੱਲ ਰਿਹਾ, ਅਸੀਂ ਟੀਮਾਂ ਲਾਈਆਂ ਹੋਈਆਂ, ਦੇਖਦੇ ਹਾਂ ਰਿਜ਼ਲਟ ਕਦੋਂ ਆਉਂਦਾ। ਆਸ਼ਵਾਸਨ ਹੈ ਜਦ ਤੱਕ ਮੁਲਜ਼ਮਾਂ ਨੂੰ ਸਜ਼ਾ ਨਹੀਂ ਹੁੰਦੀਆਂ, ਜਦ ਤੱਕ ਮੁਜਰਾਂ ਨੂੰ ਕੌਣ ਸਜ਼ਾ ਦੇ ਕੇ ਜੇਲ੍ਹ ਦੇ ਅੰਦਰ ਨਹੀਂ ਸੁੱਟ ਦਿੰਦਾ, ਜਦ ਤੱਕ ਜਿਹੜੇ ਲੋਕ ਬੋਲਦੇ ਨੇ ਸੋਸ਼ਲ ਮੀਡੀਆ 'ਤੇ ਅਸੀਂ ਜ਼ਿੰਮੇਦਾਰੀ, ਜਦ ਤੱਕ ਉਹਨਾਂ ਦੇ ਖਿਲਾਫ਼ ਕਾਰਵਾਈ ਨਹੀਂ ਹੁੰਦੀ, ਉਹਨਾਂ ਦੋਸ਼ੀਆਂ ਦੇ ਖਿਲਾਫ਼ ਜਿਹੜੇ ਲੋਕ ਸੋਸ਼ਲ ਮੀਡੀਆ 'ਤੇ ਆ ਕੇ ਬਕਵਾਸ ਕਰਦੇ ਨੇ, ਫਾਲਤੂ ਬੋਲਦੇ ਨੇ, ਹਿੰਦੂਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ, ਜਦ ਤੱਕ ਉਹਨਾਂ ਲੋਕਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਐਕਸ਼ਨ ਨਹੀਂ ਹੁੰਦਾ, ਹਿੰਦੂ ਸੰਗਠਨ, ਹਿੰਦੂ ਸਮਾਜ, ਸ਼ਹਿਰ ਵਾਸੀ, ਪੰਜਾਬ ਵਾਸੀ ਚੁੱਪ ਨਹੀਂ ਰਹਿਣਗੇ। ਬਿਲਕੁਲ ਜਿਹੜੇ ਲੋਕ ਸੋਚਦੇ ਨੇ ਵੀ ਸਾਨੂੰ ਗੋਲੀ ਮਾਰ ਕੇ ਡਰਾ ਲੈਣਗੇ, ਜਿਹੜੇ ਲੋਕ ਸੋਚਦੇ ਨੇ ਅਸੀਂ ਥਾਪੜ ਦੇ ਕਿਰਪਾਨਾਂ ਮਾਰੇ ਕਤਲੇਆਮ ਹਮਲੇ ਕਰਕੇ ਸਾਨੂੰ ਡਰਾ ਲੈਣਗੇ, ਅਸੀਂ ਸਾਫ਼ ਕਹਿਣਾ ਚਾਹੁੰਦੇ ਵੀ ਹਿੰਦੂ ਡਰਨ ਵਾਲਾ ਨਹੀਂ। ਪਹਿਲਾਂ ਨਹੀਂ ਡਰਿਆ 1984 ਜਦੋਂ ਅੱਤਵਾਦੀ ਬੱਸਾਂ 'ਚੋਂ ਟ੍ਰੇਨਾਂ 'ਚੋਂ ਕੱਢ ਕੇ ਸਾਨੂੰ ਮਾਰਦੇ ਸੀਗੇ। ਹਿੰਦੂ ਹੈ ਤਾਂ ਪੰਜਾਬ ਹੈ, ਮੈਂ ਸਾਫ਼ ਕਹਿਣਾ ਚਾਹਾਂਗਾ, ਹਿੰਦੂ ਹੈ ਤਾਂ ਪੰਜਾਬ ਹੈ। ਬਿਲਕੁਲ ਲੁਧਿਆਣਾ ਸ਼ਹਿਰ ਦੇ ਵਿੱਚ ਸਮਸਤ ਹਿੰਦੂ ਸੰਗਠਨ, ਸਾਰਾ ਪੰਜਾਬ ਦਾ ਸਨਾਤਨ ਧਰਮ ਦੇ ਲੋਕ, ਆਮ ਆਦਮੀ ਪਾਰਟੀ ਦੇ MP ਬਿਕਰਮਜੀਤ ਸਿੰਘ ਸਾਹਨੀ ਆਪਣੀ ਪੋਸਟ ਪਾਉਂਦੇ ਐਕਸ 'ਤੇ, ਉਹ ਕਹਿੰਦੇ ਨੇ ਕਿ ਇਹ ਜਿਹੜੇ ਹੈ ਉਹ ਹੇਟ ਸਪੀਚ ਕਰਦੇ ਨੇ, ਭੜਕਾਉਂਦੇ ਨੇ, ਸਿੱਖ ਭਾਵਨਾਵਾਂ ਨੂੰ ਹੇਟ ਸਪੀਚ ਕਰਦੇ ਨੇ। ਮੈਂ ਇਹ ਗੱਲ ਦੱਸਾਂ, ਸ਼ਿਵ ਸੈਨਿਕ ਜਿਹੜਾ ਹੈਗਾ ਜਾਂ ਹਿੰਦੂ ਧਰਮ ਦਾ ਲੋਕ ਜਿਹੜੇ ਵਿਅਕਤੀ ਨੇ, ਸੱਚ ਨੂੰ ਸੱਚ ਕਹਿੰਦੇ ਆ, ਸੱਚ ਨੂੰ ਸੱਚ ਕਹਿੰਦੇ ਆ, ਅੱਤਵਾਦੀ ਨੂੰ ਅੱਤਵਾਦੀ ਕਹਿੰਦੇ ਆ, ਇਹਨਾਂ ਦੀ ਤਰ੍ਹਾਂ ਹੀਰੋ ਨਹੀਂ ਬਣਾਉਂਦੇ। ਸਾਨੀ ਨੂੰ ਤਾਂ ਲੱਗਦਾ ਗੱਲਾਂ ਬਹਿ ਕੇ ਨਾ ਗੱਲਾਂ ਕਰਨੀਆਂ ਬਹੁਤ ਆਉਂਦੀਆਂ, ਠੀਕ ਹੈ ਨਹੀਂ। ਅਸੀਂ ਸੱਚ ਨੂੰ ਸੱਚ ਕਹਿੰਦੇ ਹਾਂ, ਅਗਰ ਸਾਡਾ ਵੀ ਕੋਈ ਬੰਦਾ ਗਲਤ ਹੁੰਦਾ ਅਸੀਂ ਉਹਨੂੰ ਵੀ ਗਲਤ ਕਹਿੰਦੇ ਹਾਂ। ਇਹ ਲੋਕ ਅੱਤਵਾਦੀਆਂ ਨੂੰ ਹੀਰੋ ਬਣਾਉਂਦੇ ਨੇ, ਕੀ ਦੱਸਦੇ ਨੇ, ਅੱਤਵਾਦੀਆਂ ਨੂੰ ਹੀਰੋ ਦੱਸਦੇ ਨੇ। ਇਹਨਾਂ ਲਈ ਜਗਤਾਰ ਸਿੰਘ ਹਵਾਰਾ ਹੀਰੋ ਹੋ ਸਕਦਾ, ਜਿਹਨੇ ਬੰਬ ਦੇ ਨਾਲ ਕਤਲੇਆਮ ਕੀਤਾ, ਸਾਡੇ ਲਈ ਨਹੀਂ ਹੋ ਸਕਦਾ। ਅਸੀਂ ਸਾਫ਼ ਕਹਿੰਦੇ, ਅਸੀਂ ਲੋਕ ਦੇਸ਼ ਪ੍ਰੇਮੀ ਹਾਂ, ਪੰਜਾਬ ਪ੍ਰੇਮੀ ਹਾਂ, ਧਰਮ ਪ੍ਰੇਮੀ ਹਾਂ, ਸ਼ਾਂਤੀ ਪ੍ਰਿਯ ਲੋਕ ਹਾਂ। ਅਗਰ ਸਾਡੇ ਨਾਲ ਧੱਕਾ ਕੀਤਾ ਜਾਊਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਬਿਲਕੁਲ, ਅਸੀਂ ਉਹੀ ਕੰਪਲੇਂਟ ਦੇ ਕੇ ਆਏ ਹਾਂ, ਜਿਨ੍ਹਾਂ ਨੇ ਥਾਪੜ ਦੇ ਹਮਲੇ ਤੋਂ ਬਾਅਦ ਜ਼ਿੰਮੇਦਾਰੀ ਲਿੱਤੀਆਂ, ਉਹਨਾਂ ਦੇ ਖਿਲਾਫ਼ ਕਾਰਵਾਈ ਕਿਉਂ ਦੀ? ਬਸ ਇਹੀ ਗੱਲ ਵੀ ਸਮਾਜ ਨੂੰ ਸੁਰੱਖਿਅਤ ਕੀਤਾ ਜਾਵੇ, ਜਿਹੜੇ ਲੋਕ ਨਿਹੰਗ ਬਾਣੇ 'ਚ ਫਿਰਦੇ ਨੇ ਇਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ, ਜਿਹੜੇ ਲੋਕ ਦੋਸ਼ੀ ਨੇ। ਗੁਰੂ ਦਾ ਬਾਣਾ, ਗੁਰੂ ਗੋਬਿੰਦ ਸਿੰਘ ਜੀ ਦਾ ਬਾਣਾ ਨਾ, ਜਦੋਂ ਸੰਦੀਪ ਥਾਪੜ ਨੂੰ ਰੋਕਿਆ ਗਿਆ, ਗੁਰੂ ਥਾਪੜ ਸਾਹਿਬ ਨੇ ਕੀਤਾ ਵੀ ਗੁਰੂ ਦੇ ਬਾਣੇ ਨੂੰ ਦੇਖ ਕੇ ਨਮਸਕਾਰ ਕੀਤਾ, ਪਰ ਜਿਹੜੇ ਨਕਲੀ ਸਿੰਘ ਸੀਗੇ, ਨਕਲੀ ਸੀਗੇ, ਨਕਲੀ ਨਿਹੰਗ ਸੀ ਨਾ, ਉਹ ਨਸ਼ੇੜੀ ਸੀਗੇ, ਚੋਰ ਸੀਗੇ, ਚੋਰੀਆਂ ਦੇ ਪਰਚੇ ਨੇ, ਨਸ਼ਾ ਲੈਂਦੇ ਨੇ, ਨਸ਼ਾ ਕਰਦੇ ਨੇ 24 ਘੰਟੇ। ਉਹਨਾਂ ਲੋਕਾਂ ਨੇ ਸੰਦੀਪ ਥਾਪੜ 'ਤੇ ਕਤਲੇਆਮ ਹਮਲਾ ਕੀਤਾ,
ਕਿਉਂ ਕੀਤਾ? ਕਿਉਂਕਿ ਦੁਕਾਨਾਂ ਖੁੱਲ੍ਹ ਚੁੱਕੀਆਂ ਨੇ, ਇਹ ਵੀ ਇੱਕ ਦੁਕਾਨਾਂ ਖੁੱਲ੍ਹ ਚੁੱਕੀਆਂ ਵੀ ਕਿਸੇ ਹਿੰਦੂ ਲੀਡਰ ਨੂੰ ਮਾਰ ਦਿਉ, ਪਿੱਛੋਂ ਸਾਡੀਆਂ ਤਨਖਾਹਾਂ ਸ਼ੁਰੂ ਹੋ ਜਾਂਦੀਆਂ, ਉਹਨਾਂ ਦੇ ਘਰ ਰੋਟੀ ਨਹੀਂ ਮਿਲਦੀ, ਪੈਰ 'ਚ ਪਾਉਣ ਨੂੰ ਚੱਪਲ ਨਹੀਂ ਸੀ। ਤੁਸੀਂ ਵੀਡੀਓ ਦੇਖੋ, ਇੱਕ ਨਿਹੰਗ ਦੇ ਪੈਰ 'ਚ ਚੱਪਲ ਨਹੀਂ ਪਾਈ ਸੀ, ਉਹ ਕਹਿੰਦੇ ਸਾਡਾ ਹੀਰੋ ਹੀਰੋ ਸੀਗਾ, ਜਿਹੜੇ ਲੋਕ ਕਹਿੰਦੇ ਨੇ ਉਹਨਾਂ ਦੇ ਘਰੇ ਰੋਟੀ ਪਾ ਦਿੰਦੇ, ਉਹਨਾਂ ਦਾ ਰੋਟੀ ਲਈ ਡਰਾਮਾ ਕੀਤਾ ਜੋ ਸਾਨੂੰ ਲੱਗਦਾ। ਥਾਪਰ ਸਾਹਿਬ ਦੀ ਹੁਣ ਹਾਲਤ ਕਿਸ ਤਰ੍ਹਾਂ? ਸੀਰੀਅਸ ਆ, ਜਦ ਤੱਕ ਮੈਂ ਸਿੱਧੀ ਗੱਲ ਕਹਾਂ, ਸਿਰ 'ਤੇ ਖਤਰਨਾਕ ਸੱਟਾਂ ਨੇ ਮਾਰੀਆਂ ਗਈਆਂ ਨੇ, ਲੱਤਾਂ ਬਾਹਾਂ ਪ੍ਰੋਪਰ ਸੱਟਾਂ ਮਾਰੀਆਂ ਗਈਆਂ ਨੇ। ਜਦ ਤੱਕ ਸੰਦੀਪ ਥਾਪਰ ਜੀ ਘਰ ਨਹੀਂ ਆ ਜਾਂਦੇ, ਜਦ ਤੱਕ ਮਹੀਨਾ ਤੋਂ ਮਹੀਨੇ ਲਿਖਦੇ, ਮੈਂ ਨਹੀਂ ਸਮਝਦਾ ਵੀ ਥਾਪਰ ਸਾਹਿਬ ਠੀਕ ਨੇ।